हलका भुलथ विच होए विकास दी अन्नी हनेरी दियां गल्लां लीडर करदे थकदे ना होण, पर इस दे बावजूद जेकर गल करिए जमीनी हकीकत दी तां ओह कुछ होर ही सामने निकल के आउंदा है। हलका भुलथ दा एक पिंड शादीपुर, जिथों दे लोकां दा कहना है कि जदों दा पिंड वसिया भाव पिछले 30 साल तों पिंड दियां गलियां कच्चियां सन, बारिशां दे दिनां च हालात होर भी बदतर हो जांदे सन, पर हुण समाज सेवी संस्था लायंस क्लब वल्लों इस पिंड दे लोकां दी बांह फड़ी गई अते पिंड दियां गलियां पक्कियां करवाउण दा काम शुरू कर दिता गया है। बड़ा पुन्न दा काम कर रहे हो तुसीं, लोगां नूं जोड़ रहे हो, कनैक्टिविटी कर रहे हो, जिन्हां नूं परेशानी हो रही है मैनूं दस रहे सी हुणे कि भी सरकार तो कई सालां तो 30 साल हो गए शायद कोशिश करते पे, लेकिन अपनी बहुत शलाघा योग काम है। अपना बच्चा जीवी जी साडे गवर्नर साहब, अपना रोड़ा साहब ने नाल प्रधान जी ने साडे गुरगोवाल क्लब और सोंदी साहब नाल ने, मेरे नाल मेरे दोस्त विनोद खन्ना जी आए दिन दिल्ली तो, और बड़ी मुबारक है तुहानू, महाराज करे जिन्नी जल्दी हो सके इहनू कंप्लीट करो। बहुत हालात मारे सी, ਇਹਦੇ ਗੁਰੂ ਦੀ ਕਿਰਪਾ ਹੋ ਗਈ, ਕਰਾਉਣ ਵਾਲਾ ਗੁਰੂ ਪਰਮਾਤਮਾ ਬੰਦੇ ਦੇ ਵੱਸ ਕੁਛ ਨਹੀਂ, ਠੀਕ ਗੱਲ ਹੈ, ਉਹਦੇ ਆਸ਼ੀਰਵਾਦ ਸਦਕਾ ਹੀ ਇਹ ਸਾਰਾ ਉਦਮ ਹੋਇਆ ਤੇ ਲੈਂਡਸ ਕਲੱਬ ਚ ਪਹਿਲੀ ਵਾਰੀ ਇਹ ਕੰਮ ਹੋਇਆ। ਅੱਜ ਅਸੀਂ ਪਿੰਡ ਸ਼ਾਦੀਪੁਰ ਦੇ ਪੰਚਾਇਤ ਮੈਂਬਰ ਹੋਣ ਦੇ ਨਾਤੇ ਤੇ ਅਸੀਂ ਸਾਡੀ ਪੰਚਾਇਤ ਇਹ ਜਿਹੜੇ ਕਿ ਸ਼ਾਦੀਪੁਰ ਦੇ ਵਿੱਚ ਕਾਫੀ ਗਰੀਬੀ ਰੇਖਾ ਦੇ ਵਿੱਚ ਚੱਲਦਾ ਪਿਆ ਸੀਗਾ ਬਹੁਤ ਲੰਮੇ ਸਮੇਂ ਤੋਂ, ਅਸੀਂ ਕੁਲਵੀਰ ਸਿੰਘ ਖਹਿਰਾ ਸਿੰਘ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਜਿਹੜੇ ਇਹਨਾਂ ਨੇ ਅੱਜ ਇੱਕ ਟੀਮ ਇੱਕ ਬੁਲਾ ਕੇ ਜਿਹੜੀ ਕਿ ਦਾਨੀ ਸੱਜਣ ਆਏ ਆ, ਸਾਡੀ ਇੱਕ ਗਲੀ ਕਾਫੀ ਲੰਮੇ ਸਮੇਂ ਤੋਂ 30 ਸਾਲ ਹੋ ਗਏ ਸੀ ਇਸ ਗਰੀਬੀ ਰੇਖਾ ਦੇ ਵਿੱਚ ਰਹਿ ਰਹੇ ਬੰਦੇ, ਵੀ ਗਲੀ ਕੱਚੀ ਸੀਗੀ ਅਤੇ ਸਾਡੀ ਕਿਸੇ ਨੇ ਅੱਜ ਤੱਕ ਕਿਸੇ ਨੇ ਬਾਂਹ ਨਹੀਂ ਇਸ ਫੜੀ, ਅਤੇ ਇਸ ਗਲੀ ਦੇ ਵਿੱਚ ਸਾਨੂੰ ਨਾ ਮਤਲਬ ਕਿ ਰੁਕਾਵਟਾਂ ਹੀ ਖੜੀਆਂ ਹੁੰਦੀਆਂ, ਢਵਾਉਣ ਦੇ ਕੋਈ ਕੁਛ ਕਹਿੰਦਾ ਸੀ ਕੁਛ ਕਈ ਕਹਿੰਦਾ ਸੀ ਪੰਚਾਇਤੀ ਜਗ੍ਹਾ 'ਚ ਬਣ ਗਈ ਹੈ, ਢਵਾਉਣ ਦੇ ਚੱਕਰ ਦੇ ਵਿੱਚ ਹੀ ਪਾਰਟੀਆਂ ਕਰਦੀਆਂ ਰਹੀਆਂ, ਪਰ ਅੱਜ ਅਸੀਂ ਸਾਨੂੰ ਮਹਿਸੂਸ ਹੋ ਗਿਆ ਕਿ ਸਾਡੇ ਪਿੱਛੇ ਕੁਦਾਨੀ ਸੱਜਣਾ ਨੇ ਅਤੇ ਸਾਡੇ ਬੱਚਿਆਂ ਦੇ ਵਾਸਤੇ ਜਿਹੜਾ ਕਿ ਗਾਰੇ ਦੇ ਵਿੱਚ ਫਿਰਦੇ ਹੁੰਦੇ ਸੀਗੇ ਉਹਨਾਂ ਨੇ ਅੱਜ ਗਲੀ ਬਣਾਤੀ ਆ, ਅਤੇ ਅਸੀਂ ਇਹਨਾਂ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਜੀ ਆਇਆਂ ਨੂੰ। ਜੀ ਭਾਈ, ਸਮੇਂ ਦੀਆਂ ਸਰਕਾਰਾਂ ਵੱਲੋਂ ਬਹੁਤ ਸਾਰੇ ਦਾਅਵੇ ਕੀਤੇ ਜਾਂਦੇ, ਪਰ ਕੀ ਕਾਰਨ ਸੀਗਾ ਜਿਹੜੀ ਤੁਹਾਡੀ ਜਿਹੜੀ ਸੜਕ ਜਿਹੜੀ ਕਿਸ ਸਰਕਾਰ ਨੇ ਜਾਂ ਕਿਸੇ ਅਧਿਕਾਰੀ ਨੇ ਨਹੀਂ ਸੁਣਵਾਈ ਕੀਤੀ? ਹਾਂਜੀ ਜੀ, ਸਰਕਾਰਾਂ ਨੇ ਸਾਡੇ ਆਹ ਵਾਅਦੇ ਕਰ ਜਾਂਦੀਆਂ ਸੀਗੀਆਂ, ਇੱਥੇ ਲੰਮੇ ਬਹੁਤ ਵਾਅਦੇ ਕਰਕੇ ਜਾਂਦੇ ਸੀ ਅਸੀਂ ਆਹ ਕਰਦੇ ਹਾਂ ਇਹ ਕਰਦੇ, ਪਰ ਸਾਡੇ ਅੱਜ ਤੱਕ ਇਸ ਕਰਨੌਲੀ ਦੀ ਕਿਸੇ ਨੇ ਬਾਂਹ ਨਹੀਂ ਸੀ ਫੜੀ, ਕਿਉਂਕਿ ਇਹ ਜਦੋਂ ਵੋਟਾਂ ਸਾਡੇ ਕੋਲ ਲੈ ਲੈਂਦੇ ਸੀਗੇ ਅਤੇ ਉਸ ਤੋਂ ਬਾਅਦ ਬਾਂਹ ਫੜ ਲੈਂਦੇ, ਬਾਅਦ ਵਿੱਚ ਛੱਡ ਦਿੰਦੇ ਸੀਗੇ, ਸਾਡੀ ਕਿਸੇ ਇਸ ਕਰਨੌਲੀ ਦੇ ਵਾਸਤੇ ਬਾਂਹ ਨਹੀਂ ਫੜੀ। ਸਾਡੀ ਆ ਪੰਚਾਇਤ ਹੋਣ ਦੇ ਨਾਤੇ 'ਤੇ ਅਸੀਂ ਖਹਿਰਾ ਸਾਹਿਬ ਦੇ ਗਾੜੀ ਬੇਨਤੀ ਕੀਤੀ ਆ ਅਤੇ ਉਹਨਾਂ ਨੇ ਅੱਜ ਸੱਜਣ ਮਦਾਨੀ ਸੱਜਣਾਂ ਦੇ ਕੋਲੋਂ ਇਹ ਕਰਵਾਇਆ ਵਾ ਅਤੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ, ਸਾਡੀ ਗਲੀ ਪੱਕੀ ਹੋ ਗਈ। ਜੋ ਇਹ ਗਲੀ ਪੱਕੀ ਹੋਈ ਅੱਜ ਕਿਹਦੀ ਦੇਣ ਹੈ ਜੀ? ਹਾਂਜੀ, ਜੋੜੀ ਗਲੀ ਪੱਕੀ ਹੋਈ ਅੱਜ ਕਿਸ ਦੀ ਦੇਣ ਹੈ? ਇਹ ਜੀ ਸਰਦਾਰ ਸੁਖਪਾਲ ਸਿੰਘ ਖਹਿਰਾ ਜੀ ਹੁਣਾਂ ਦੇ ਨਾਲ ਹੀ ਉਹਨਾਂ ਦੇ ਨਾਲ ਅੱਜ ਜੂਜ ਕਲੱਬ ਜਿਹੜੇ ਆਏ ਆ ਜਿਹੜੇ ਬੁਆਇਸ ਕਲੱਬ, ਇਹਨਾਂ ਨੇ ਸਾਡਾ ਕੁਛ ਸਹਿਯੋਗ ਦਿੱਤਾ ਵਾ, ਸਾਡੀ ਗਲੀ ਇਹਨਾਂ ਨੇ ਬਣਾਈ ਆ ਅਤੇ ਅਸੀਂ ਬਹੁਤ ਕੋਟ ਕੋਟ ਧੰਨਵਾਦ ਕਰਦੇ ਹਾਂ ਕਿ ਸਾਡੇ ਬੱਚੇ ਵੀ ਕਿਸੇ ਪੱਕੇ ਥਾਂ 'ਤੇ ਫਿਰਨ।